ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਆ। ਅੱਜ ਅਸੀਂ ਬਣਾਵਾਂਗੇ ਨਵਰਾਤਰੀ ਸਪੈਸ਼ਲ ਕੱਚੇ ਆਲੂ ਤੋਂ ਬਣਨ ਵਾਲਾ ਬਹੁਤ ਹੀ ਜ਼ਿਆਦਾ ਟੇਸਟੀ ਨਾਸ਼ਤਾ, ਜੋ ਕਿ ਬਣਾਉਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਤੇ ਖਾਣ ਦੇ ਲਈ ਬਹੁਤ ਹੀ ਜ਼ਿਆਦਾ ਟੇਸਟੀ ਆ। ਇਸ ਰੈਸਿਪੀ ਨੂੰ ਮੈਂ ਨਾਮ ਦਿੱਤਾ ਹੈ ਬਰਤ ਵਾਲੇ ਕ੍ਰਿਸਪੀ ਪੈਨਕੇਕ। ਬਹੁਤ ਹੀ ਜ਼ਿਆਦਾ ਆਸਾਨ ਰੈਸਿਪੀ ਆ, ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਰੈਸਪੀ ਕਿਹੋ ਜਿਹੀ ਲੱਗੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਚਲੋ ਫਿਰ ਦੇਖਦੇ ਹਾਂ ਕਿਵੇਂ ਬਣਦੇ ਆ ਬਰਤ ਵਾਲੇ ਕ੍ਰਿਸਪੀ ਪੈਨਕੇਕ। ਆਲੂ ਦਾ ਨਾਸ਼ਤਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ 6 ਛੋਟੇ ਸਾਈਜ਼ ਦੇ ਆਲੂ ਲਏ ਆ। ਇਹਨਾਂ ਨੂੰ ਮੈਂ ਛਿੱਲ ਕੇ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿੱਤਾ ਹੈ ਤਾਂ ਕਿ ਕਾਲੇ ਨਾ ਫਿਰਨ। ਇਹ ਮੈਂ ਲਿਆ ਹੈ ਸਮਾਂ ਦੇ ਚਾਵਲ ਦਾ ਆਟਾ। ਜਿਹੜੇ ਆਪਾਂ ਬਰਤ ਦੇ ਵਿੱਚ ਚਾਵਲ ਖਾਂਦੇ ਆ ਉਹ ਛੋਟੇ ਸਾਈਜ਼ ਦੇ ਜਿਹੜੇ ਚਾਵਲ ਆਉਂਦੇ ਆ ਉਹਨਾਂ ਨੂੰ ਮੈਂ ਮਿਕਸੀ ਦੇ ਵਿੱਚ ਪੀਸ ਕੇ ਇਸ ਤਰੀਕੇ ਨਾਲ ਆਟਾ ਬਣਾ ਲਿਆ। ਜੇ ਤੁਹਾਡੇ ਕੋਲ ਸਮਾਂ ਦਾ ਚਾਵਲ ਨਹੀਂ ਹੈ ਤਾਂ ਤੁਸੀਂ ਇਹਦੀ ਥਾਂ ਤੇ ਰਾਜਗੀਰਾ ਆਟਾ, ਕੁੱਟੂ ਦਾ ਆਟਾ ਤੇ ਸਿੰਘਾੜੇ ਦਾ ਆਟਾ ਵੀ ਲੈ ਸਕਦੇ ਹੋ। 2 ਚਮਚ ਲਿਆ ਦਹੀਂ, ਇਹ ਫਰੈਸ਼ ਦਹੀਂ ਆ, ਦਹੀਂ ਵੀ ਬਰਤ ਦੇ ਵਿੱਚ ਖਾਧਾ ਜਾਂਦਾ ਆ। ਸੇਂਦਾ ਨਮਕ ਲਿਆ ਹੈ, ਜਾਣੀ ਕਿ ਬਰਤ ਦਾ ਨਮਕ। 1/4 ਚਮਚ ਲਿਆ ਕਾਲੀ ਮਿਰਚ ਪਾਊਡਰ, ਇਹ ਵੀ ਵਰਤ ਦੇ ਵਿੱਚ ਖਾਧੀ ਜਾਂਦੀ ਹੈ। ਹਰੀ ਮਿਰਚ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਤੇ ਥੋੜਾ ਜਿਹਾ ਲਿਆ ਬਰੀਕ ਕੱਟਿਆ ਹੋਇਆ ਹਰਾ ਧਨੀਆ। ਹੁਣ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਆਲੂਆਂ ਨੂੰ ਆਪਾਂ ਕੱਦੂਕਸ ਕਰਾਂਗੇ। ਇਸ ਤਰੀਕੇ ਦੇ ਨਾਲ ਮੈਂ ਇੱਕ ਵੱਡਾ ਬਰਤਨ ਲੈ ਲਿਆ ਹੈ, ਕੱਦੂਕਸ ਲੈ ਲਿਆ ਹੈ। ਹੁਣ ਆਪਾਂ ਆਲੂਆਂ ਨੂੰ ਕੱਦੂਕਸ ਕਰ ਲਾਂਗੇ ਪਹਿਲਾਂ। ਇਸ ਤਰੀਕੇ ਨਾਲ ਮੈਂ ਸਾਰੇ ਆਲੂਆਂ ਨੂੰ ਕੱਦੂਕਸ ਕਰ ਲਿਆ ਹੈ। ਹੁਣ ਆਪਾਂ ਕੀ ਕਰਾਂਗੇ, ਇਹਨਾਂ ਦਾ ਆਪਾਂ ਪਾਣੀ ਨਿਚੋੜਨਾ ਹੈ। ਇਸ ਤਰੀਕੇ ਨਾਲ ਹੱਥ ਦੇ ਵਿੱਚ ਦਬਾ ਕੇ ਇਹਨਾਂ ਦਾ ਸਾਰਾ ਪਾਣੀ ਨਿਚੋੜ ਦੇਣਾ। ਆਪਾਂ ਦੂਜੇ ਬਰਤਨ ਦੇ ਵਿੱਚ ਰੱਖਦੇ ਜਾਵਾਂਗੇ। ਆਲੂਆਂ ਦਾ ਪਾਣੀ ਮੈਂ ਨਿਚੋੜ ਲਿਆ ਹੈ, ਵੱਡੇ ਬਰਤਨ ਦੇ ਵਿੱਚ ਆਪਾਂ ਇਹ ਆਲੂ ਪਾ ਲਾਂਗੇ। ਇਸ ਤਰੀਕੇ ਨਾਲ ਵੱਡੇ ਬਰਤਨ ਦੇ ਵਿੱਚ ਆਲੂ ਮੈਂ ਪਾ ਲਏ ਆ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਰੀਕ ਕੱਟੀ ਹੋਈ ਹਰੀ ਮਿਰਚ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲੈਣੀ ਹੈ। ਕਾਲੀ ਮਿਰਚ ਪਾਊਡਰ, ਇਹ ਉਹੀ ਚੀਜ਼ਾਂ ਮੈਂ ਦੱਸੀਆਂ ਜਿਹੜੀਆਂ ਵਰਤ ਦੇ ਵਿੱਚ ਖਾਧੀਆਂ ਜਾਂਦੀਆਂ। ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਂਦੇ ਵਰਤ ਵਿੱਚ, ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ। ਵਰਤ ਵਾਲਾ ਨਮਕ ਪਾ ਦਾਂਗੇ, ਜਾਣੀ ਸੇਂਦਾ ਨਮਕ, ਸਵਾਦ ਦੇ ਹਿਸਾਬ ਨਾਲ ਪਾਵਾਂਗੇ। 2 ਚਮਚ ਪਾਵਾਂਗੇ ਦਹੀਂ, ਦਹੀਂ ਪਾਉਣ ਦੇ ਨਾਲ ਨਾਸ਼ਤਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ, ਬਿਲਕੁਲ ਆਪਸ਼ਨਲ ਹੈ, ਤੁਸੀਂ ਚਾਹੋ ਤਾਂ ਛੱਡ ਵੀ ਸਕਦੇ ਹੋ। ਹਰਾ ਧਨੀਆ ਪਾ ਦਾਂਗੇ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਮਾਂ ਦੇ ਚਾਵਲ ਦਾ ਆਟਾ, ਜ਼ਰੂਰਤ ਦੇ ਹਿਸਾਬ ਨਾਲ ਪਾਉਣਾ ਹੈ ਆਪਾਂ। ਪਹਿਲਾਂ 2 ਚਮਚ ਪਾਏ ਆ, ਹੱਥ ਦੇ ਨਾਲ ਮਿਕਸ ਕਰ ਦਾਂਗੇ। ਮੈਂ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ ਕਿ ਜੇ ਤੁਹਾਡੇ ਕੋਲ ਸਮਾਂ ਦੇ ਚਾਵਲ ਨਹੀਂ ਹੈਗੇ ਤਾਂ ਤੁਸੀਂ ਇਹਦੀ ਥਾਂ ਤੇ ਰਾਜਗੀਰਾ ਆਟਾ, ਸਿੰਘਾੜੇ ਦਾ ਆਟਾ, ਕੁੱਟੂ ਦਾ ਆਟਾ ਇਹ ਵੀ ਪਾ ਸਕਦੇ ਹੋ। ਇਹ ਵਰਤ ਦੇ ਵਿੱਚ ਖਾਧੇ ਜਾਂਦੇ ਆ, ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਤੁਹਾਨੂੰ ਬੜੇ ਆਰਾਮ ਦੇ ਨਾਲ ਇਹ ਚੀਜ਼ਾਂ ਮਿਲ ਜਾਣਗੀਆਂ। ਹੋਰ ਪਾਵਾਂਗੇ ਥੋੜੇ ਜਿਹਾ ਚਾਵਲ ਦਾ ਆਟਾ, ਸਮਾਂ ਦੇ ਚਾਵਲ ਦਾ ਆਟਾ। ਸਾਰੀਆਂ ਚੀਜ਼ਾਂ ਨੂੰ ਮੈਂ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ ਹੈ। ਸਮਾਂ ਦੇ ਚਾਵਲ ਦਾ ਆਟਾ ਮੈਂ 4 ਬੜੇ ਚਮਚ ਇਹਦੇ ਵਿੱਚ ਆਟਾ ਪਾਇਆ, ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹ ਮਿਕਸਚਰ ਜਿਹੜਾ ਬਾਈਂਡ ਹੁੰਦਾ ਪਿਆ ਹੈ। ਇਹਦਾ ਮਤਲਬ ਆਪਾਂ ਸਮਾਂ ਦੇ ਚਾਵਲ ਦੇ ਆਟੇ ਦੀ ਮਾਤਰਾ ਜਿਹੜੀ ਹੈ ਉਹ ਬਿਲਕੁਲ ਬਰਾਬਰ ਪਾਈ ਹੈ। ਹੁਣ ਆਪਾਂ ਕੀ ਕਰਾਂਗੇ, ਇਹ ਮਿਕਸਚਰ ਨੂੰ ਆਪਾਂ 5 ਮਿੰਟ ਲਈ ਢੱਕ ਕੇ ਰੱਖ ਦਾਂਗੇ ਤਾਂ ਕਿ ਮਿਕਸਚਰ ਜਿਹੜਾ ਚੰਗੇ ਤਰੀਕੇ ਨਾਲ ਸੈੱਟ ਹੋ ਸਕੇ। ਮਿਕਸਚਰ ਨੂੰ ਰੱਖੇ ਹੋਏ 5 ਮਿੰਟ ਹੋ ਗਏ ਆ, ਮਿਕਸਚਰ ਜਿਹੜਾ ਚੰਗੇ ਤਰੀਕੇ ਦੇ ਨਾਲ ਸੈੱਟ ਹੋ ਗਿਆ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਬਣਾਉਣੀ ਸਟਾਰਟ ਕਰਦੇ ਹਾਂ ਵਰਤ ਵਾਲੀ ਕ੍ਰਿਸਪੀ ਪੈਨਕੇਕ। ਪੈਨਕੇਕ ਬਣਾਉਣ ਦੇ ਲਈ ਗੈਸ ਦੇ ਉੱਪਰ ਮੈਂ ਤਵਾ ਰੱਖਿਆ ਹੈ। ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਥੋੜਾ ਜਿਹਾ ਦੇਸੀ ਘਿਓ। ਜੇ ਤੁਹਾਡੇ ਕੋਲ ਦੇਸੀ ਘਿਓ ਨਹੀਂ ਹੈਗਾ ਤਾਂ ਤੁਸੀਂ ਮੂੰਗਫਲੀ ਦੇ ਤੇਲ ਦੀ ਮਾਤਰਾ ਤੇਲ ਦਾ ਜੇ ਤੁਹਾਡੇ ਕੋਲ ਦੇਸੀ ਘਿਓ ਨਹੀਂ ਹੈਗਾ ਤਾਂ ਤੁਸੀਂ ਮੂੰਗਫਲੀ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ। ਹੁਣ ਆਪਾਂ ਕੀ ਕਰਾਂਗੇ, 1 ਚਮਚ ਭਰ ਕੇ ਇਹਦੇ ਉੱਪਰ ਇਸ ਤਰੀਕੇ ਨਾਲ ਮਿਕਸਚਰ ਆਪਾਂ ਪਾ ਦੇਣਾ ਹੈ ਤੇ ਇਹਨੂੰ ਰਾਊਂਡ ਸ਼ੇਪ ਦੇ ਵਿੱਚ ਆਪਾਂ ਫੈਲਾ ਦੇਣਾ ਹੈ। ਇਸ ਤਰੀਕੇ ਨਾਲ ਬੜੇ ਆਰਾਮ ਦੇ ਨਾਲ ਹੋ ਜਾਂਦਾ ਹੈ। ਸਾਈਡ ਆਫ ਕਰਦੇ ਇਕਦਮ ਕਰਦੇ ਜਾਣਾ, ਗੈਸ ਦੀ ਫਲੇਮ ਜਿਹੜੀ ਬਿਲਕੁਲ ਲੋ ਰੱਖਣੀ ਹੈ। ਇਸ ਤਰੀਕੇ ਨਾਲ ਮਿਕਸਚਰ ਨੂੰ ਮੈਂ ਤਵੇ ਦੇ ਉੱਪਰ ਫੁਲਾ ਦਿੱਤਾ ਹੈ, ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਹੈ, ਬਿਲਕੁਲ ਲੋ ਫਲੇਮ ਤੇ ਆਪਾਂ ਇਹਨੂੰ ਸੇਕਣਾ ਹੈ। ਹੁਣ ਆਪਾਂ ਇਹਨੂੰ ਉੱਪਰੋਂ ਦੀ ਢੱਕ ਦਾਂਗੇ ਤਾਂ ਕਿ ਨੀਚੇ ਤੋਂ ਚੰਗੇ ਤਰੀਕੇ ਨਾਲ ਕ੍ਰਿਸਪੀ ਹੋ ਸਕੇ। ਪੈਨਕੇਕ ਨੂੰ ਸੇਕਦੇ ਹੋਏ 2 ਮਿੰਟ ਹੋ ਗਏ ਆ, ਬਹੁਤ ਜਲਦੀ ਇਹ ਬਣ ਕੇ ਤਿਆਰ ਹੁੰਦੇ ਆ, ਤੁਸੀਂ ਦੇਖ ਸਕਦੇ ਹੋ ਉੱਪਰੋਂ ਡਰਾਈ ਹੋ ਗਿਆ ਬਿਲਕੁਲ ਚੰਗੇ ਤਰੀਕੇ ਨਾਲ। ਹੁਣ ਮੈਂ ਦੇਸੀ ਘਿਓ ਲਿਆ ਆ, ਉੱਪਰ ਦੀ ਆਪਾਂ ਇਸ ਤਰੀਕੇ ਨਾਲ ਥੋੜਾ ਥੋੜਾ ਦੇਸੀ ਘਿਓ ਲਗਾ ਦਾਂਗੇ।
ਪਾਉਣ ਤੋਂ ਬਾਅਦ ਆਪਾਂ ਇਹਦੀ ਸਾਈਡ ਚੇਂਜ ਕਰ ਦੇਣੀ ਹੈ। ਦੇਖੋ ਕਿੰਨਾ ਵਧੀਆ ਕਲਰ ਆਇਆ, ਬਿਲਕੁਲ ਗੋਲਡਨ ਹੋ ਗਿਆ ਹੈ। ਦੂਜੀ ਸਾਈਡ ਤੋਂ ਵੀ ਬਿਲਕੁਲ ਐਸੇ ਤਰੀਕੇ ਨਾਲ ਗੋਲਡਨ ਬਰਾਊਨ ਹੋਣ ਤੱਕ ਸੇਕ ਲਾਂਗੇ। ਆਪਾਂ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਿਣਾ ਵਿੱਚ ਵਿੱਚ, ਤਾਂ ਕਿ ਚੰਗੇ ਤਰੀਕੇ ਨਾਲ ਕ੍ਰਿਸਪੀ ਹੋ ਸਕੇ। ਹੁਣ ਫਿਰ ਤੋਂ ਆਪਾਂ ਉੱਪਰ ਤੋਂ ਢੱਕ ਦਾਂਗੇ। ਪੈਨਕੇਕ ਬਣ ਕੇ ਤਿਆਰ ਆ, ਦੋਨੋਂ ਸਾਈਡ ਤੋਂ ਚੰਗੇ ਤਰੀਕੇ ਨਾਲ ਗੋਲਡਨ ਬਰਾਊਨ ਤੇ ਕ੍ਰਿਸਪੀ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ। ਇਹਨੂੰ ਆਪਾਂ ਉਤਾਰ ਲਾਂਗੇ। ਫਿਰ ਤੋਂ ਆਪਾਂ ਦੇਸੀ ਘਿਓ ਲਗਾਵਾਂਗੇ ਇਸ ਤਰੀਕੇ ਨਾਲ। ਇੱਕ ਚਮਚ ਭਰ ਕੇ ਮਿਕਸਚਰ ਆਪਾਂ ਪਾ ਲੈਣਾ ਹੈ ਤਵੇ ਦੇ ਉੱਪਰ। ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਹੈ ਤੇ ਇਹਨੂੰ ਰਾਊਂਡ ਸ਼ੇਪ ਦੇ ਵਿੱਚ ਆਪਾਂ ਫੁਲਾ ਦੇਣਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਪੈਨਕੇਕ ਜਿਹੜੇ ਆ ਉਹ ਬਣਾ ਕੇ ਤਿਆਰ ਕਰ ਲੈਣੇ ਆ। ਜ਼ਿਆਦਾ ਮੋਟਾ ਨਹੀਂ ਬਣਾਉਣਾ ਆਪਾਂ। ਹੁਣ ਤੱਕ ਇਹਨੂੰ ਆਪਾਂ ਦੋਨੋਂ ਸਾਈਡ ਤੋਂ ਗੋਲਡਨ ਬਰਾਊਨ ਤੇ ਕ੍ਰਿਸਪੀ ਹੋਣ ਤੱਕ ਸੇਕ ਲਾਂਗੇ। ਦੂਜਾ ਪੈਨਕੇਕ ਵੀ ਬਣ ਕੇ ਤਿਆਰ ਆ, ਬਿਲਕੁਲ ਗੋਲਡਨ ਬਰਾਊਨ ਤੇ ਕ੍ਰਿਸਪੀ ਹੋ ਗਿਆ ਹੈ। ਹੁਣ ਇਸੇ ਤਰੀਕੇ ਨਾਲ ਆਪਾਂ ਸਾਰੇ ਬਾਕੀ ਦੇ ਪੈਨਕੇਕ ਵੀ ਬਣਾ ਕੇ ਤਿਆਰ ਕਰ ਲਾਂਗੇ। ਨਵਰਾਤਰੀ ਸਪੈਸ਼ਲ ਆਲੂ ਦੇ ਕ੍ਰਿਸਪੀ ਕਰਾਰੇ ਪੈਨਕੇਕ ਬਣ ਕੇ ਤਿਆਰ ਆ। ਫਰੈਂਡ ਤੁਸੀਂ ਦੇਖਿਆ ਇਹਨਾਂ ਨੂੰ ਬਣਾਉਣਾ ਕਿੰਨਾ ਆਸਾਨ ਆ। ਘਰ ਵਿੱਚ ਮਿਲਣ ਵਾਲੀਆਂ ਆਮ ਚੀਜ਼ਾਂ ਤਾਂ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ। ਵਰਤ ਦੇ ਵਿੱਚ ਤੁਸੀਂ ਬਣਾ ਕੇ ਖਾ ਸਕਦੇ ਹੋ। ਸੋ ਇਸੇ ਤਰੀਕੇ ਨਾਲ ਤੁਸੀਂ ਵੀ ਬਣਾਇਓ ਤੇ ਖਾਇਓ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ ਆਲ ਦੀ ਆਪਸ਼ਨ ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।